ਵਰਤੋਂ ਹੁਣ ਮੈਂ ਦਲਜੀਤ ਸਿੰਘ ਸੰਗਤ ਟੀਵੀ ਚੈਨਲ ਪੁਆਨੀਗੜ੍ਹ ਤੋਂ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਥਾਣਾ ਪੁਆਨੀਗੜ੍ਹ ਦੇ SHO ਇੰਸਪੈਕਟਰ ਗੁਰਦੇਵ ਸਿੰਘ ਧਾਲੀਵਾਲ ਸੁਖਵਿੰਦਰ ਸਿੰਘ ਅਤੇ ਸੰਤ ਬਾਬਾ ਟੰਡਰੀਆਂ ਵਾਲਿਆਂ ਦੇ ਵਿਚਕਾਰ ਹੋਏ ਵਿਵਾਦ ਨੂੰ ਸਪਸ਼ਟੀਕਰਨ ਦੇਣਗੇ ਕਿ ਉਹਨਾਂ ਨੇ ਇਹ ਕਾਂਡ ਟੰਡਰੀਆਂ ਵਾਲਿਆਂ ਦੇ ਕਹਿਣ 'ਤੇ ਉਹਦੇ ਕੇਸ ਕਤਲ ਕੀਤੇ ਹਨ ਜਾਂ ਉਸ ਨੂੰ ਆਪਣੇ ਕਿਸੇ ਹੋਰ ਕੇਸ ਦੇ ਵਿੱਚ ਅਰੈਸਟ ਕੀਤਾ ਹੈ। ਹੁਣ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ SHO ਥਾਣਾ ਭਵਾਨੀਗੜ੍ਹ। ਹੁਣ UK ਦੀਆਂ ਸੰਗਤਾਂ ਦੇ ਰੂਬਰੂ ਸੰਤ ਟੰਟਰੀਆਂ ਵਾਲਿਆਂ ਅਤੇ ਸੁਖਵਿੰਦਰ ਸਿੰਘ ਬੜਿਆਲ ਦੇ ਵਿਚਕਾਰ ਜੋ ਵਿਵਾਦ ਛਿੜਿਆ ਹੈ ਉਹ ਆਪ ਜੀ ਦੇ ਸਾਹਮਣੇ ਅਸੀਂ ਭਵਾਨੀਗੜ੍ਹ ਥਾਣੇ ਦੇ ਵਿਖੇ ਆਏ ਹਾਂ। SHO ਇੰਸਪੈਕਟਰ ਗੁਰਦੇਵ ਸਿੰਘ ਧਾਲੀਵਾਲ ਉਹਨਾਂ ਨਾਲ ਅਸੀਂ ਆਪਣੇ ਸੰਗਤਾਂ ਨੂੰ ਰੂਬਰੂ ਕਰਨ ਜਾ ਰਹੇ ਹਾਂ। ਸੋ ਮੈਂ ਪਹਿਲਾ ਸਵਾਲ ਆਪ ਜੀ ਨੂੰ ਇਹ ਪੁੱਛਾਂਗਾ ਵੀ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਇਹ ਹੋ ਰਿਹਾ ਵੀ ਇੱਥੋਂ ਦੇ ਇੱਕ ਸੁਖਵਿੰਦਰ ਸਿੰਘ ਨੂੰ ਤੁਸੀਂ ਸੰਤ ਟੰਟਰੀਆਂ ਵਾਲਿਆਂ ਦੇ ਕਹਿਣ 'ਤੇ ਅਰੈਸਟ ਕੀਤਾ ਹੈ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਿਸੇ ਦੇ ਕਹਿਣ ਦੇ ਉੱਤੇ ਕੋਈ ਅਰੈਸਟ ਨਹੀਂ ਹੁੰਦੀ। ਸੁਖਵਿੰਦਰ ਸਿੰਘ ਏਲੀਅਸ ਸੁੱਖਾ, ਉਹਨੂੰ ਭਲਵਾਨ ਵੀ ਕਹਿੰਦੇ ਨੇ, 30/4/12 ਨੂੰ ਉਹ ਚੰਨੋ ਬੱਸ ਅੱਡੇ 'ਤੇ ਸਵੇਰੇ 4:30 ਵਜੇ ਅਗਿਆਤ ਹਾਲਤ ਦੇ ਵਿੱਚ ਉਹਨੂੰ ਦੇਖਿਆ ਗਿਆ। ਉਹਨੂੰ ਜਦੋਂ ਉਹਦੇ ਪੁਲਿਸ ਪਾਰਟੀ ਨੇ ASI ਨਿਰਮਲ ਸਿੰਘ ਨੇ ਉਹਦਾ ਪ੍ਰੋਪਰ ਨਾਂ ਪਤਾ ਪੁੱਛਿਆ ਅਤੇ ਉਹਨੇ ਕਦੀ ਆਪਣਾ ਨਾਂ ਕੁਛ ਕਦੇ ਕੁਛ ਉਹ ਕਹਿੰਦਾ ਰਿਹਾ, ਆਪਣੀ ਆਈਡੈਂਟੀ ਉਹਨੇ ਛੁਪਾਈ ਆ। ਉਸ ਦੇ ਤਹਿਤ ਅਸੀਂ 109 CRPC ਦੇ ਤਹਿਤ ਉਹਦੀ ਗ੍ਰਿਫਤਾਰੀ ਕੀਤੀ ਹੈ। ਬਈ ਜਿਵੇਂ ਉਹ ਵਿਦੇਸ਼ਾਂ ਦੇ ਵਿੱਚ TV ਚੈਨਲਾਂ 'ਤੇ ਜਾਂ ਰੇਡੀਓ ਸਟੇਸ਼ਨ 'ਤੇ ਆਪਣੇ ਬਿਆਨ ਦੇ ਰਿਹਾ ਹੈ ਕਿ ਟੰਡਰੀਆਂ ਵਾਲੇ ਬਾਬਿਆਂ ਦੇ ਕਹਿਣ 'ਤੇ ਉਸਦੇ ਤੁਸੀਂ ਕੇਸ ਕਤਲ ਕੀਤੇ ਹਨ, ਇਹ ਗੱਲ ਕਿੱਥੋਂ ਤੱਕ ਸੱਚ ਹੈ? ਇਹ ਬਿਲਕੁਲ ਕੋਈ ਇਹ 'ਚ ਬਿਲਕੁਲ 100% ਗੱਲ ਗਲਤ ਹੈ। ਮੈਂ ਆਪ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ, ਨਾ ਹੀ ਕਿਸੇ ਦੇ ਕੋਈ ਕਤਲ ਕੀਤੇ ਜਾ ਸਕਦੇ ਆ, ਨਾ ਹੀ ਕੋਈ ਕੀਤੇ ਆ। ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ। ਅਸੀਂ ਕਿਸੇ ਦਾ ਵੀ ਕੋਈ ਮਤਲਬ ਇਸ ਤਰੀਕੇ ਦੀ ਕੋਈ ਵੀ ਕਿਸ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਉਹ ਜੋ ਵੀ ਆਪਣੇ ਮਫਾਜ ਵਾਸਤੇ, ਪਤਾ ਨਹੀਂ ਉਹ ਕਿਵੇਂ ਇਸ ਤਰੀਕੇ ਦਾ ਕੋਈ ਐਲੀਗੇਸ਼ਨ ਲਾ ਰਿਹਾ, ਆਈ ਡੋਂਟ ਨੋ, ਮੈਂ ਉਹਦੇ ਬਾਰੇ ਕੋਈ ਕਮੈਂਟਸ ਨਹੀਂ ਕਰਨਾ। ਬਟ ਨਾ ਹੀ ਸਾਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤਾਂ ਨੇ ਕੋਈ ਗੱਲ ਕੀਤੀ ਹੈ, ਨਾ ਹੀ ਉਹਨਾਂ ਦੇ ਕੋਈ ਡਿਸਕਲੋਜ਼ ਕੋਈ ਗੱਲ ਹੋਈ ਹੈ ਵੀ ਇੱਦਾਂ ਦੀ ਕੋਈ ਗੱਲ ਨਹੀਂ। ਮੈਨੂੰ ਨਹੀਂ ਪਤਾ ਵੀ ਉਹ ਇਸ ਤਰੀਕੇ ਦੇ ਕਿਉਂ ਐਲੀਗੇਸ਼ਨ ਲਾ ਰਹੇ। ਜੋ ਉਹਦੇ ਜਾਬਤਾ ਅਨੁਸਾਰ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ, ਤਕਰੀਬਨ 2-2.5-3 ਘੰਟੇ ਦੇ ਬਾਅਦ ਅਸੀਂ ਉਹਦਾ ਪ੍ਰੋਪਰ ਮੈਡੀਕਲ ਕਰਵਾਇਆ, ਉਹਦੇ ਬ੍ਰਦਰ ਨੂੰ ਉਹਦੀ ਗ੍ਰਿਫਤਾਰੀ ਬਾਰੇ ਇਨਫੋਰਮੇਸ਼ਨ ਦਿੱਤੀ ਹੈ, ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ। ਉਸ ਤੋਂ ਬਾਅਦ ਉਹਦਾ ਜੁਡੀਸ਼ਲ ਰਿਮਾਂਡ ਦਿੱਤਾ, ਉਹਦੇ ਘਰਦਿਆਂ ਨੇ ਉਹਨੂੰ ਇਨਫੋਰਮ ਕੀਤਾ ਵੀ ਅਸੀਂ ਇਹਨੂੰ ਪੇਸ਼ ਕਰਨ ਜਾ ਰਹੇ ਹਾਂ ਵੀ ਤੁਸੀਂ ਆਪਣੀ ਆਣ ਕੇ ਇਹਦੀ ਕੋਈ ਪੈਰਵਾਈ ਕਰੋ, ਲੇਕਿਨ ਕੋਈ ਆਇਆ ਨਹੀਂ ਹੈ ਉੱਥੇ, ਕੋਈ ਜਮਾਤ ਦੇਣ ਵਾਸਤੇ ਨਹੀਂ ਆਇਆ। ਵੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਸੀਂ ਉਹਦੇ ਕੇਸਾਂ ਨੂੰ ਹੱਥ ਤੱਕ ਵੀ ਨਹੀਂ ਲਾਇਆ, ਅਸੀਂ ਉਹਦੇ ਕੇਸਾਂ ਨੂੰ ਛੂਹਿਆ ਤੱਕ ਵੀ ਨਹੀਂ, ਜੋ ਇਹ ਗੱਲ ਕਹਿ ਰਿਹਾ ਬਿਲਕੁਲ ਮਨ ਘੜਤ ਗੱਲ ਕਹਿ ਰਿਹਾ ਹੈ। ਸੋ ਅਸੀਂ ਉੱਥੇ ਦਰਸ਼ਕਾਂ ਨੂੰ ਗੱਲ ਕਲੀਅਰ ਕਰ ਦਈਏ ਵੀ ਇਹਦੇ ਵਿੱਚ ਕੇਸਾਂ ਸੰਬੰਧੀ ਕਤਲ ਹੋਣ ਦਾ ਜਾਂ ਕੇਸਾਂ ਸੰਬੰਧੀ ਕਿਸੇ ਪੁਲਿਸ ਵੱਲੋਂ ਤਸੱਦਦ ਕਰਨ ਦਾ ਕੋਈ ਮਾਮਲਾ ਅੱਜ ਸੰਗਤ TV ਦੀ ਟੀਮ ਵੱਲੋਂ ਦੇਖਣ 'ਤੇ ਸਾਹਮਣੇ ਨਹੀਂ ਆਇਆ। ਸੋ ਇਹ ਬਿਲਕੁਲ ਕਲੀਅਰ ਹੈ ਵੀ ਜੋ ਉਹ ਵਿਅਕਤੀ ਸੁਖਵਿੰਦਰ ਸਿੰਘ ਗੱਲਾਂ ਕਹਿ ਰਿਹਾ ਹੈ, ਮਨ ਘੜਤ ਕਹਿ ਰਿਹਾ ਹੈ, ਕੋਈ ਵੀ ਉਸਦੀ ਗੱਲ ਦਾ ਵਿਸ਼ਵਾਸ ਨਾ ਕਰੇ। ਉਹ ਵਾਰ ਵਾਰ ਕਹਿ ਰਿਹਾ ਵੀ ਪੁਲਿਸ ਵੱਲੋਂ ਮੇਰੇ ਉੱਪਰ ਤਸ਼ੱਦਦ ਕੀਤਾ ਗਿਆ, ਅਤੇ ਕੀ ਤੁਸੀਂ ਦੱਸੋਗੇ ਕਿ ਉਹਦਾ ਮੈਡੀਕਲ ਹੋਇਆ? ਬਿਲਕੁਲ ਜੀ, ਇੱਥੇ ਸਰਕਾਰੀ ਹੋਸਪਿਟਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਬਕਾਇਦਾ। ਉਹਦਾ ਕਿਹੜੇ ਹੋਸਪਿਟਲ ਮੈਡੀਕਲ ਹੋਇਆ? ਉਹਦਾ ਸਰਕਾਰੀ ਹੋਸਪਿਟਲ ਭਵਾਨੀਗੜ੍ਹ ਦੇ ਵਿੱਚ ਮੈਡੀਕਲ ਕਰਵਾਇਆ ਗਿਆ। ਜਦੋਂ ਅਸੀਂ ਇਹ ਮੈਡੀਕਲ ਕਿਹੜੀ ਤਰੀਕ ਨੂੰ ਹੋਇਆ ਸੀ? ਉਹਦਾ 30/4 ਨੂੰ ਅਸੀਂ ਅਪਰੋਕਸੀਮੇਟਲੀ ਸਵੇਰੇ 4:15 ਵਜੇ ਉਹਨੂੰ ਪੁਲਿਸ ਪਾਰਟੀ ਨੇ ਉਹਨੂੰ ਆਪਣੇ ਕਬਜ਼ੇ 'ਚ ਲਿਆ। ਉਸ ਤੋਂ ਬਾਅਦ ਅਸੀਂ ਅਪਰੋਕਸੀਮੇਟਲੀ 9:30-9 ਵਜੇ ਦੇ ਕਰੀਬ, 10 ਵਜੇ ਦੇ ਕਰੀਬ ਅਸੀਂ ਉਹਦੀ ਪ੍ਰੋਪਰ ਮੈਡੀਕਲ ਕਰਵਾਇਆ, ਉਹਦੀ ਨੋਰਮਲ ਉਹਦਾ ਮੈਡੀਕਲ ਹੋਇਆ। ਉਸ ਤੋਂ ਬਾਅਦ ਅਸੀਂ ਉਹਨੂੰ ਕੋਰਟ 'ਚ ਪੇਸ਼ ਕੀਤਾ। ਜੇ ਕੋਈ ਇੱਦਾਂ ਦੀ ਗੱਲ ਹੁੰਦੀ ਤਾਂ ਮਜਿਸਟਰਡ ਉਹ ਖੁਦ ਵੀ ਦੇਖ ਸਕਦਾ ਸੀਗਾ ਵੀ ਬੰਦਾ ਇਸ ਤਰੀਕੇ ਦੀ, ਜਾਂ ਮਜਿਸਟਰ ਨੂੰ ਆਪਣੀ ਗੱਲ ਰੱਖ ਸਕਦਾ ਸੀਗਾ। ਜਦੋਂ ਅਸੀਂ ਉਹਨੂੰ ਜੁਡੀਸ਼ਲ 'ਚ ਜੇਲ੍ਹ ਦੇ ਵਿੱਚ ਛੱਡਦੇ ਹਾਂ ਤਾਂ ਬਕਾਇਦਾ ਉਹ ਵੀ ਚੈੱਕ ਕਰਦੇ ਨੇ, ਬਕਾਇਦਾ ਉਹਨਾਂ ਦੇ ਡਾਕਟਰ ਵੀ ਚੈੱਕ ਕਰਕੇ ਉਹ ਕਹਿੰਦਾ ਫਿਜ਼ੀਕਲ ਤੌਰ 'ਤੇ ਮੈਨੂੰ ਬੜਾ ਟੋਰਚਰ ਕੀਤਾ ਗਿਆ, ਮੈਂ ਬੜਾ ਕਮਜ਼ੋਰ ਹਾਂ। ਅਤੇ ਆਪ ਜੀ ਬਾਰੇ ਉਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਉਹ ਐਵੇਂ ਕੋਈ ਫਾਲਤੂ ਦੇ ਜਿੰਨੇ ਮਰਜ਼ੀ ਕਿਸੇ ਦੇ ਖਿਲਾਫ਼ ਕੋਈ ਐਲੀਗੇਸ਼ਨ ਲਾ ਦਿਉ, ਸਾਡੀ ਉਹਦੇ ਨਾਲ ਕੋਈ ਐਂ ਕੋਈ ਰੰਜਿਸ਼ ਨਹੀਂ, ਕੋਈ ਦੁਸ਼ਮਣਬਾਜ਼ੀ ਨਹੀਂ। ਜੋ ਸਾਡਾ ਲੀਗਲ ਪ੍ਰੋਸੈਸ ਆ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਹੈ। ਅਤੇ ਮੈਂ ਇੱਕ ਲਾਸਟ ਕੁਐਸਚਨ ਆਪ ਜੀ ਨੂੰ ਪੁੱਛਣਾ ਚਾਹਾਂਗਾ
भी जो उसने एक क्वेश्चन संत ढंडरियां वाले नू नाल जोड़ने की कोशिश की है, इस बारे तुसी की संत ढंडरियां वाले को भी कुछ क्वेश्चन पुट अप किया है? ना सानू ये ताडे इनफॉरमेशन देने ही उन्हें मैनू पता जो तुसी दस रहे हो दे बारे, लेकिन ना ही कोई संत ढंडरियां वाले दा रणजीत सिंह ढंडरियां वाले दा कोई साडे कोल कोई गल हुई है, ना ही कदे कोई नाम आया, ना ही उहदे नाल कोई इस तरीके की कोई पुछण ते दसण ते कोई कहदा कोई ना ही नहीं कित डिस्कलोज नहीं होया। सो आप जी ने यह जानकारी दी संगत टीवी नूं बहुत बहुत धन्यवाद। सो असी आप जी तो उम्मीद करते हैं आने वाले समय के फिर भी आप जी की कितने सानू लोड़ पई तो आप जी को जरूर तकलीफ देवांगे। वाहिगुरू जी का खालसा, वाहिगुरू जी की फतेह।